ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿੱਥੇ ਮੈਂ 11 ਡੇਜ਼ ਲਈ ਕੁਆਰੰਟਾਈਨ ਹੋਇਆ ਜਿੱਦਾਂ ਕਿ ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਸਟੂਡੈਂਟਸ ਜੋ ਕਿ ਕੈਨੇਡਾ ਆਉਂਦੇ ਆ ਉਹਨਾਂ ਨੂੰ ਕੈਨੇਡਾ ਆਉਣ ਤੋਂ ਬਾਅਦ ਫੋਰ 14 ਡੇਜ਼ ਦੇ ਹੈਵ ਟੂ ਕੁਆਰੰਟਾਈਨ ਥੈਮਸੈਲਵਸ ਸੋ 3 ਡੇਜ਼ ਮੈਂ ਹੋਟਲ ਦੇ ਵਿੱਚ ਕੁਆਰੰਟਾਈਨ ਹੋਇਆ ਸੀਗਾ ਉਹ ਵਾਲੀ ਵੀਡੀਓ ਤੁਸੀਂ ਮੇਰੇ ਯੂਟਿਊਬ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਸਾਨੂੰ 11 ਡੇਜ਼ ਲਈ ਹੋਰ ਕੁਆਰੰਟਾਈਨ ਹੋਣਾ ਪੈਂਦਾ ਹੁਣ ਮੈਂ ਜਿੱਥੇ ਕੁਆਰੰਟਾਈਨ ਹੋਇਆ ਅੱਜ ਮੇਰਾ 14th ਡੇ ਅੱਜ ਮੇਰਾ ਲਾਸਟ ਡੇ ਸੀਗਾ ਅਤੇ ਇਸ ਦੀ ਮੈਂ ਤੁਹਾਨੂੰ ਹਾਊਸ ਟੂਰ ਕਰਵਾਊਂਗਾ ਕਿ ਕਿੱਦਾਂ ਮੇਰਾ ਐਕਸਪੀਰੀਅੰਸ ਰਿਹਾ ਕੀ ਸਾਨੂੰ ਪ੍ਰੋਵਾਈਡ ਕੀਤਾ ਗਿਆ ਸੀਗਾ ਅਤੇ ਕਿੱਦਾਂ ਦੀ ਜਗ੍ਹਾ ਸੀਗੀ ਇਹ ਐਂਡ ਮੇਰਾ ਤੁਸੀਂ ਜਿਹੜਾ ਕੋਵਿਡ ਟੈਸਟ ਹੈ ਔਨਲਾਈਨ ਜੋ ਕਿ ਆਪਾਂ ਨੇ ਕਰਨਾ ਹੁੰਦਾ ਹੈ 10th ਡੇ ਕੁਆਰੰਟਾਈਨ ਦੇ ਉਹ ਵੀ ਤੁਸੀਂ ਮੇਰੇ ਚੈਨਲ 'ਤੇ ਜਾ ਕੇ ਉਹਦੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਸੋ ਚਲੋ ਫਰੈਂਡਸ ਆਪਾਂ ਦੇਖਦੇ ਹਾਂ ਮੇਰਾ ਹਾਊਸ ਟੂਰ ਜਿੱਥੇ ਮੈਂ 11 ਡੇਜ਼ ਲਈ ਕੁਆਰੰਟਾਈਨ ਹੋਇਆ ਵਿਊ ਹੈਗਾ ਸਟਰੀਟ ਦਾ ਕਾਫੀ ਬਿਊਟੀਫੁਲ ਜਗ੍ਹਾ ਹੈਗੀ ਕਾਫੀ ਵਧੀਆ ਜਗ੍ਹਾ ਹੈ ਇਹ ਬਾਹਰੋਂ ਵਿਊ ਕੁਛ ਇੱਦਾਂ ਦਾ ਹੈ ਹਾਊਸ ਦਾ ਇੱਥੇ ਦੋ ਐਂਟਰੈਂਸ ਹੈਗੀਆਂ ਇੱਕ ਤਾਂ ਰਾਈਟ ਸਾਈਡ ਜਿੱਥੇ ਤੁਸੀਂ ਦੇਖ ਰਹੇ ਹੋ ਜਿੱਥੇ ਮੈਂ ਆਪਣਾ ਪੁਆਇੰਟ ਕੀਤਾ ਹੋਇਆ ਕੈਮਰਾ ਇਹ ਵਾਲੀ ਡਾਇਰੈਕਸ਼ਨ 'ਚ ਇੱਕ ਐਂਟਰੈਂਸ ਹੈਗੀ ਹੈ ਐਂਡ ਇੱਕ ਐਂਟਰੈਂਸ ਸਾਈਡ ਤੋਂ ਹੈ ਜੋ ਕਿ ਮੇਰੀ ਐਂਟਰੈਂਸ ਹੈ ਇਸ ਦੇ ਨਾਲ ਨਾਲ ਇੱਕ ਸਿਟਿੰਗ ਏਰੀਆ ਵੀ ਪ੍ਰੋਵਾਈਡ ਕੀਤਾ ਹੋਇਆ ਐਂਡ ਸੋ ਇਹ ਹੈਗਾ ਉਹ ਸਿਟਿੰਗ ਏਰੀਆ ਜੋ ਕਿ ਇਸ ਦੀ ਬੈਕ ਸਾਈਡ 'ਤੇ ਲੱਗਦਾ ਆਪਾਂ ਫ੍ਰੀ ਟਾਈਮ ਦੇ ਵਿੱਚ ਇੱਥੇ ਆ ਕੇ ਬੈਠ ਸਕਦੇ ਹਾਂ ਮੌਸਮ ਵੀ ਬਹੁਤ ਵਧੀਆ ਵਿਊ ਵੀ ਕਾਫੀ ਅੱਛਾ ਹੈ ਐਂਡ ਉੱਥੋਂ ਅਤੇ ਉਹ ਹੈਗੇ ਆ ਮਾਊਂਟੇਨਸ ਉੱਥੋਂ ਵਿਊ ਬਹੁਤ ਅੱਛਾ ਹੈਗਾ ਸੋ ਚਲੋ ਹੁਣ ਅੰਦਰ ਚੱਲਦੇ ਹਾਂ ਇਸ ਦੀ ਐਂਟਰੀ ਲੌਕ ਸਾਨੂੰ ਇੱਕ ਕੋਡ ਦਿੱਤਾ ਹੋਇਆ ਸੀਗਾ ਉਹ ਫਿਲਅਪ ਕਰਕੇ ਇਹ ਅਨਲੌਕ ਹੋ ਜਾਂਦਾ ਐਂਡ ਦਿਸ ਇਜ਼ ਹਾਊ ਇਟ ਲੁਕਸ ਟੀਵੀ ਐਂਡ ਇਹ ਰਿਹਾ ਸਾਡਾ ਲਿਵਿੰਗ ਏਰੀਆ ਇਹ ਡਾਇਨਿੰਗ ਟੇਬਲ ਫਰਿੱਜ ਨੈਸੈਸਿਟੀਜ਼ ਮਾਈਕ੍ਰੋਵੇਵ ਕੌਫੀ ਮੇਕਰ ਇਸ ਦੀ ਲੌਬੀ ਕੁਛ ਇੱਦਾਂ ਦੀ ਹੈਗੀ ਹੈ ਐਂਡ ਹੁਣ ਮੈਂ ਤੁਹਾਨੂੰ ਰੂਮਸ ਦਿਖਾਊਂਗਾ ਸਾਨੂੰ ਦੋ ਰੂਮਸ ਪ੍ਰੋਵਾਈਡ ਕੀਤੇ ਗਏ ਇਹ ਰੂਮ ਨੰਬਰ 1 ਹੈ ਸੌਰੀ ਫੋਰ ਦਾ ਮੈਸ ਥੋੜ੍ਹੀ ਜਿਹੀ ਮੈਸ ਪਈ ਹੈਗੀ ਹੈ ਥੋੜ੍ਹਾ ਜਿਹਾ ਖਲਾਰਾ ਵਗੈਰਾ ਹੁਣ ਆਪਾਂ ਪ੍ਰੋਸੀਡ ਕਰਦੇ ਹਾਂ ਰੂਮ ਨੰਬਰ 2 ਵੱਲ ਇਹ ਥੋੜ੍ਹਾ ਬਿਗਰ ਹੈਗਾ ਐਸ ਕੰਪੇਅਰ ਟੂ ਦਾ ਫਸਟ ਵਨ ਇੱਥੇ ਆਪਣਾ ਆਪਾਂ ਸਮਾਨ ਵਗੈਰਾ ਰੱਖ ਸਕਦੇ ਹਾਂ ਲੱਗੇਜ ਹੋ ਗਿਆ ਜਿੱਦਾਂ ਹੋਰ ਕੋਈ ਵੀ ਸਮਾਨ ਇੱਥੇ ਵਾਸ਼ਰੂਮ ਇਸ ਦੇ ਨਾਲ ਵਾਲੀ ਸਾਨੂੰ ਲਾਂਡਰੀ ਵੀ ਪ੍ਰੋਵਾਈਡ ਕੀਤੀ ਗਈ ਹੈ ਇਹ ਸਾਡਾ ਲਾਂਡਰੀ ਏਰੀਆ ਹੈਗਾ ਸੌਰੀ ਫੋਰ ਦਾ ਨੋਇਜ਼ ਲਾਂਡਰੀ ਆਲਰੇਡੀ ਹੋ ਰਹੀ ਹੈ ਆਪਾਂ ਕਲੋਥਸ ਵਾਸ਼ ਕਰਨੇ ਸੀਗੇ ਸੋ ਇੱਥੇ ਇਹ ਵਾਸ਼ਰ ਹੈ
ਤੇ ਆ ਡਰਾਇਰ ਹੈਗਾ ਇਸ ਦੇ ਵਿੱਚੋਂ ਵੀ ਸਟੇਅਰ ਜਾਂਦੀਆਂ ਉੱਪਰ ਤੇ ਉੱਪਰ ਵੀ ਰੂਮਸ ਹੈਗੇ ਆ ਤਿੰਨ ਚਾਰ ਰੂਮਸ ਹੋਰ ਨੇ ਉੱਪਰ ग्रोसरी एंड ऑल साढ़े रिलेटिव सानू प्रोवाइड कर गए सी ग्रोसरी सो होप है फ्रेंड्स सानू मेरा व्लॉग वधिया लग्या होएगा जो आप इंडिया होंगे उदों भी सानू 14 डेज जिते आप क्वारंटीन होना है उत्थे सानू बुकिंग करनी होंदी है एंड बाकी जो भी थोड़े रिव्यूज़ है कमेंट बॉक्स लिखना वीडियो नू लाइक करना शेयर करना एंड चैनल सब्सक्राइब करना एंड कीप सपोर्टिंग।